ਅਤੇ ਸਾਰਿਆਂ ਨੂੰ ਤੇਜਸ ਪੰਜਾਬੀ ਦੇਖਣ ਵਾਲੇ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਜਗਤਾਰ ਸਿੰਘ ਜੱਕੀ ਵੱਲੋਂ ਹਮੇਸ਼ਾ ਦੀ ਤਰ੍ਹਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ, ਹੈਲੋ ਹਾਏ ਅਤੇ ਨਾਲ ਦੀ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ। ਕਰੋਨਾ ਹੋਈ ਪਈ ਹੈ ਚਾਰ ਚੁਫੇਰੇ, ਗਾਣੇ ਵੀ ਬਹੁਤ ਬਣ ਗਏ ਕਰੋਨਾ ਦੇ ਉੱਪਰ। ਹੁਣ ਤਾਂ ਲੋਕ ਜਿਹੜੀ ਕੋਈ ਚੀਜ਼ ਨਵੀਂ ਹੁੰਦੀ ਹੈ ਉਹ 'ਤੇ ਗਾਣੇ ਵੀ ਬਣ ਜਾਂਦੇ ਆ। ਮਤਲਬ ਕਹਿਣ ਦਾ ਕੋਈ ਚੀਜ਼ ਹਿੱਟ ਹੁੰਦੀ ਹੈ ਫਿਰ ਚਾਰ ਚੁਫੇਰੇ ਹਿੱਟ ਹੁੰਦੀ ਹੈ। ਭੇਟਾ ਨਰਿੰਦਰ ਚਾਚਲ ਸਾਹਿਬ ਦੀ ਆਈ ਹੈ, ਮਾਂ ਕਰੋਨਾ ਕਿੱਥੋਂ ਆਇਆ, ਇਹ ਮਾਂ ਕਰੋਨਾ ਕਿੱਥੋਂ ਆਇਆ। ਸੋ ਸਾਰੇ ਆਪੋ ਆਪਣੇ ਪੱਧਰ 'ਤੇ ਲੱਗੇ ਹੋਏ ਨੇ ਕਰੋਨਾ ਦੀ ਗੱਲ ਕਰਨ। ਔਰ ਆਮ ਇਹ ਕਿਹਾ ਜਾਂਦਾ ਕਿ ਭੀੜ ਵਾਲੀ ਜਗ੍ਹਾ ਜਾਣ ਤੋਂ ਬਚੋ, ਪਰ ਅਕਸਰ ਦੇਖਿਆ ਵੀ ਕਿਸੇ ਵੀ ਸਟੋਰ ਦੇ ਵਿੱਚ ਚਲੇ ਜਾਓ ਅਤੇ ਉੱਥੇ ਭੀੜ ਤੋਂ ਸਿਵਾ ਹੋਰ ਕੁਛ ਨਹੀਂ ਹੁੰਦਾ। ਭੀੜ ਦੀ ਵੀ ਗੱਲ ਛੱਡੋ, ਹਫੜਾ ਦਫੜੀ ਪੂਰੀ ਪਈ ਹੁੰਦੀ ਹੈ। ਲੋਕ ਵੀ ਕਿਸੇ ਹੱਦ ਤੱਕ ਆਪਣੀ ਜਗ੍ਹਾ ਸਹੀ ਨੇ। ਸਮਾਨ ਖਰੀਦਣ ਦੀ ਜੇ ਗੱਲ ਕਰੀਏ, ਜਿਹਦੀ ਕੋਈ ਜ਼ਰੂਰਤ ਆ ਉਹ ਸਮਾਨ ਖਰੀਦਦਾ। ਪੰਜਾਬੀਆਂ ਨੇ ਬਾਹਲੇ ਟੋਇਲਟ ਪੇਪਰ ਨਹੀਂ ਖਰੀਦੇ, ਇਹ ਟੋਇਲਟ ਪੇਪਰ ਜਿਹੜੇ ਆ ਬਾਕੀ ਕਮਿਊਨਿਟੀਆਂ ਨੂੰ ਜ਼ਿਆਦਾ ਖਰੀਦੇ ਆ, ਪੰਜਾਬੀਆਂ ਨੂੰ ਪਤਾ ਵੀ ਸਰ ਜਾਂਦਾ ਇਹ ਤੋਂ ਬਿਨਾਂ। ਪਰ ਇਹ ਭੀੜ ਜਿਹੜੀ ਆ ਉਹ ਪਤਾ ਵੀ ਕਿ ਅਗਰ ਸਮਾਨ ਆਉਣਾ ਜਾਣਾ ਬੰਦ ਹੋ ਗਿਆ, ਸਮਾਨ ਤਕਰੀਬਨ ਮੈਂ ਸਮਝਦਾ ਵੀ 90% ਚੀਨ ਤੋਂ ਆਉਂਦਾ ਸੀਗਾ, ਅਤੇ ਜੇ ਉਹ ਬੰਦ ਹੋ ਗਿਆ ਸਮਾਨ ਆਉਣਾ ਤਾਂ ਕੁਦਰਤੀ ਗੱਲ ਹੈ ਕਿ ਮੁੱਕ ਜਾਣਾ। ਪਰ ਇਹਦੇ 'ਚ ਇਹ ਗੱਲ ਜਿਹੜੀ ਹੈਗੀ ਆ ਖਾਸ ਸਾਰੇ ਡਾਕਟਰ ਵੀ ਦੱਸਦੇ ਨੇ, ਚੈਨਲ ਵੀ ਦੱਸਦੇ ਨੇ, ਮੈਂ ਵੀ ਚਲੋ ਦੱਸ ਦੇਣਾ ਆਪਣਾ ਫਰਜ਼ ਸਮਝਦਾ ਵੀ 14 ਦਿਨ ਦਾ ਪ੍ਰੋਸੀਜਰ ਇਹਦਾ ਪਹਿਲਾਂ ਹੈਗਾ ਵੀ 14 ਦਿਨ 'ਚ ਪਤਾ ਲੱਗਦਾ ਕਿ ਤੁਹਾਨੂੰ ਕਰੋਨਾ ਵਾਇਰਸ ਹੈ ਕਿ ਨਹੀਂ ਹੈ। ਬੁਖਾਰ ਵਗੈਰਾ ਤੋਂ ਬਾਅਦ, ਖਾਂਸੀ ਤੋਂ ਬਾਅਦ, ਖਾਸ ਤੌਰ 'ਤੇ ਸੁੱਕੀ ਖਾਂਸੀ ਤੋਂ ਬਾਅਦ, ਅਤੇ ਉਸ ਤੋਂ ਬਾਅਦ ਇਹਦਾ 29 ਦਿਨ ਦਾ ਪ੍ਰੋਸੀਜਰ ਹੈਗਾ ਇਹਨੂੰ ਕਵਰ ਕਰਨ ਦਾ। ਟੋਟਲ ਮੰਨ ਲਓ ਕਹਿ ਲਓ 43 ਦਿਨ, ਅਤੇ ਆਪਾਂ ਲਾ ਲਈਏ 1.5 ਮਹੀਨਾ, 45 ਦਿਨ ਦਾ ਪ੍ਰੋਸੀਜਰ ਹੈਗਾ। 45 ਦਿਨ ਤੁਸੀਂ ਇਹਨਾਂ ਝਗੜਾ ਕਰ ਲਿਆ, ਇਹਦੀ ਲਾਈਫ ਬਹੁਤ ਥੋੜ੍ਹੀ ਹੁੰਦੀ ਵੈਸੇ ਨਾ, ਝਗੜਾ ਕਰ ਲਿਆ ਤੁਸੀਂ ਆਰਾਮ ਨਾਲ ਵਧੀਆ ਤਰੀਕੇ ਨਾਲ ਜ਼ਿੰਦਗੀ ਬਤੀਤ ਕਰ ਸਕਦੇ ਹਾਂ। ਸੋ ਕਰੋਨਾ ਤੋਂ ਡਰੋ ਨਾ, ਸਿਰਫ ਧਿਆਨ ਰੱਖਣ ਦੀ ਲੋੜ ਹੈਗੀ ਹੈ। ਅੱਜ ਦੇ ਪ੍ਰੋਗਰਾਮ ਦੇ ਵੱਲ ਚੱਲਦੇ ਹਾਂ। ਸਾਡੇ ਦਰਸ਼ਕ ਜਿਹੜੇ ਆ ਉਹ ਜਾਣਦੇ ਨੇ ਕਿ ਅੱਜ ਦਾ ਪ੍ਰੋਗਰਾਮ ਹੁੰਦਾ ਖਾਸ ਇਸ ਕਰਕੇ ਕਿਉਂਕਿ ਅੱਜ ਤਕਰੀਬਨ ਸੰਗੀਤ ਨਾਲ ਸੰਬੰਧਿਤ ਗੱਲ ਹੁੰਦੀ ਹੈ, ਅਤੇ ਸੰਗੀਤ ਦੀ ਕਹਿੰਦੇ ਕੋਈ ਭਾਸ਼ਾ ਨਹੀਂ ਹੁੰਦੀ, ਸੰਗੀਤ ਦੀ ਕੋਈ ਹੱਦ ਬੰਨਾ ਨਹੀਂ ਹੁੰਦਾ। ਸੰਗੀਤ ਪੂਰੀ ਦੁਨੀਆ ਦੇ ਵਿੱਚ ਇੱਕੋ ਹੀ ਜ਼ੁਬਾਨ ਰੱਖਦਾ, ਸੁਰਾਂ ਦੀ ਜ਼ੁਬਾਨ। ਵੈਸੇ ਅੱਜ ਮੈਂ ਪਤਾ ਨਹੀਂ ਕਿਉਂ ਮੇਰੇ ਦਿਮਾਗ ਦੇ ਵਿੱਚ ਆਇਆ, ਮੈਂ ਕਿਤਾਬ ਪੜ੍ਹ ਰਿਹਾ ਸੀ ਇਕਬਾਲ ਮਾਲ ਸਾਹਿਬ ਦੀ, ਉਹਨਾਂ ਦੀ ਕਿਤਾਬ ਆਈ ਸਿੱਖ ਸੁਰਾਂ ਦੇ ਸੌਦਾਗਰ, ਉਹਦੇ ਵਿੱਚ ਬਹੁਤ ਸਾਰੀਆਂ ਹਸਤੀਆਂ ਦਾ ਜ਼ਿਕਰ ਕੀਤਾ ਗਿਆ, ਅਤੇ ਉਹਦੇ 'ਚ ਮੈਂ ਦੇਖ ਰਿਹਾ ਸੀ ਵੀ ਇੱਕ ਐਸ ਮੋਹਿੰਦਰ ਨਾਮ ਸੀ। ਮੈਂ ਕਿਹਾ ਵੀ ਐਸ ਮੋਹਿੰਦਰ ਕੌਣ ਹੋਏ? ਔਰ ਮੈਂ ਇਹ ਮੈਨੂੰ ਪੱਕਾ ਯਕੀਨ ਹੈ ਕਿ ਜੇ ਮੈਂ ਤੁਹਾਨੂੰ ਪੁੱਛਾਂ ਵੀ ਐਸ ਮਹਿੰਦਰ ਕੌਣ ਸੀ, ਤੁਹਾਨੂੰ ਵੀ ਤਕਰੀਬਨ ਨਹੀਂ ਪਤਾ ਹੋਣਾ। ਮਹਿੰਦਰ ਦੀ ਗੱਲ ਕਰੀਏ, ਮਹਿੰਦਰ ਨਾਮ ਆਮ ਕੌਮਨ ਹੈ, ਹਰ ਮੇਰੇ ਖਿਆਲ 7ਵਾਂ ਨਾਮ ਪੰਜਾਬੀਆਂ ਦੇ ਵਿੱਚ ਮਹਿੰਦਰ ਹੋ ਸਕਦਾ। ਪਰ ਮੈਂ ਜਿਹੜੇ ਐਸ ਮਹਿੰਦਰ ਦੀ ਗੱਲ ਕਰਨੀ ਅੱਜ, ਜੇ ਮੈਂ ਉਹਨਾਂ ਦਾ ਜ਼ਿਕਰ ਕਰੂੰਗਾ ਉਹਨਾਂ ਦੇ ਕੰਮ ਦੇ ਨਾਲ, ਤਾਂ ਤੁਹਾਡੇ ਜ਼ਿਹਨ ਦੇ ਵਿੱਚ ਇੱਕਦਮ ਆ ਜਾਣਾ ਵੀ ਹੈ ਇਹ ਐਸ ਮਹਿੰਦਰ ਦਾ ਕੰਮ ਕੀਤਾ ਹੋਇਆ। ਐਸ ਮਹਿੰਦਰ ਜਾਣੀ ਕਿ ਬਖਸ਼ੀ ਮਹਿੰਦਰ ਸਿੰਘ ਸਰਨਾ। ਸੋ ਇਹ ਇਸ ਨਾਮ ਨੂੰ ਮੇਰਾ ਖਿਆਲ ਨਹੀਂ ਕੋਈ ਜਾਣਦਾ ਹੋਏਗਾ, ਇਹ ਉਹਨਾਂ ਦਾ ਪਹਿਲਾ ਨਾਮ ਜਿਹੜਾ ਸੀਗਾ। ਪਰ ਐਸ ਮਹਿੰਦਰ ਦੀ ਮੈਂ ਗੱਲ ਕਰਾਂ, ਅਗਰ ਮੈਂ ਜ਼ਿਕਰ ਕਰਾਂ ਇੱਕ ਫਿਲਮ ਦਾ ਕਿ ਇਸ ਫਿਲਮ ਦਾ ਸੰਗੀਤ ਇਹਨਾਂ ਨੇ ਦਿੱਤਾ ਸੀਗਾ, ਤਾਂ ਇੱਕਦਮ ਜ਼ਿਹਨ ਦੇ ਵਿੱਚ ਆ ਜਾਏਗਾ ਵੀ ਹੈ ਇੰਨੇ ਮਹਾਨ ਸੰਗੀਤਕਾਰ ਸੀਗੇ ਐਸ ਮਹਿੰਦਰ। ਔਰ ਮੈਂ ਸਮਝਦਾ ਸਾਡੇ ਬੱਚਿਆਂ ਨੇ ਵੀ ਹੋ ਸਕਦਾ ਯੂਟਿਊਬ 'ਤੇ ਜਾਂ ਕਿਤੇ ਨਾ ਕਿਤੇ ਇਹ ਫਿਲਮ ਜ਼ਰੂਰ ਦੇਖੀ ਹੋਏਗੀ। ਬੜੀ ਸੁਪਰ ਡੁਪਰ ਹਿੱਟ ਫਿਲਮ ਹੋਈ ਸੀਗੀ ਪੰਜਾਬੀ ਦੀ, ਨਾਨਕ ਨਾਮ ਜਹਾਜ਼ ਹੈ, ਬਹੁਤ ਜ਼ਬਰਦਸਤ ਫਿਲਮ ਪੰਜਾਬੀ ਦੀ, ਬਹੁਤ ਜ਼ਬਰਦਸਤ ਫਿਲਮ, ਬੜੀ ਸਿੱਖਿਆ ਦੇਣ ਵਾਲੀ। ਪ੍ਰਿਥਵੀ ਰਾਜ ਕਪੂਰ ਸਾਹਿਬ ਇਹਦੇ ਸੀਗੇ, ਹੋਰ ਕਾਫੀ ਐਕਟਰ ਸੀਗੇ। ਇਸ ਫਿਲਮ ਦਾ ਸੰਗੀਤ ਇਹਨਾਂ ਨੇ ਦਿੱਤਾ ਸੀਗਾ, ਔਰ ਬੜੀਆਂ ਪ੍ਰੋਬਲਮਾਂ ਇਹਨਾਂ ਨੂੰ ਆਈਆਂ ਇੱਕ ਸਿੱਖ ਹੋਣ ਦੇ ਨਾਤੇ, ਦਸਤਾਰਧਾਰੀ ਸਰੂਪ ਸਿੱਖੀ ਸਰੂਪ 'ਚ ਹੋਣ ਦੇ ਨਾਤੇ ਬੜੀਆਂ ਸਮੱਸਿਆਵਾਂ ਆਈਆਂ। ਪਰ ਉਹਨਾਂ ਸਮੱਸਿਆਵਾਂ ਨੂੰ ਸਾਰਿਆਂ ਨੂੰ ਪਿੱਛੇ ਛੱਡਦੇ ਹੋਏ ਇੱਕ ਸੁਪਰ ਡੁਪਰ ਹਿੱਟ ਸੰਗੀਤਕਾਰ ਬਣੇ। 35 ਇਹਨਾਂ ਨੇ ਪੰਜਾਬੀ ਫਿਲਮਾਂ ਸੰਗੀਤ ਦਿੱਤਾ ਅਤੇ 60 ਹਿੰਦੀ ਫਿਲਮਾਂ 'ਚ ਸੰਗੀਤ ਦਿੱਤਾ। ਔਰ ਅੱਜ ਕੱਲ੍ਹ ਮੈਂ ਜੇ ਗੱਲ ਕਰਾਂ ਵਾਸ਼ਿੰਗਟਨ ਦੇ ਵਿੱਚ ਕਿਸੇ ਸਿਆਟਲ ਵਾਲੇ ਪਾਸੇ, ਮੈਨੂੰ ਪੱਕਾ ਇਹ ਨਹੀਂ ਪਤਾ ਵੀ ਕਿੱਥੇ ਰਹਿੰਦੇ ਨੇ, ਕਿਤੇ ਨਾ ਕਿਤੇ ਰਹਿੰਦੇ ਨੇ। ਅੱਜ ਕੱਲ੍ਹ ਉਮਰ ਗੱਲ ਕਰੀਏ ਤਾਂ 95 ਸਾਲ ਉਹਨਾਂ ਦੀ ਉਮਰ ਹੈਗੀ ਆ। 25 ਫਰਵਰੀ 1925 ਨੂੰ ਮਿੰਟ ਗੁਮਰੀ ਸਾਈਵਾਲ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀਗਾ, ਪਰ ਉਹ ਆਜ਼ਾਦੀ ਤੋਂ ਪਹਿਲਾਂ ਬੋਂਬੇ ਆ ਕੇ ਵੱਸ ਗਏ ਸੀਗੇ। ਉਹਨਾਂ ਨਾਲ ਬੜੀਆਂ ਇੰਟਰਸਟ ਗੱਲਾਂ ਉਹਨਾਂ ਦੀਆਂ ਜਿਹੜੀਆਂ ਇਕਬਾਲ ਮਾਲ ਨੇ ਆਪਣੀ ਬੁੱਕ ਦੇ ਵਿੱਚ ਲਿਖੀਆਂ, ਤੁਹਾਡੇ ਨਾਲ ਵੀ ਮੈਂ ਜ਼ਰੂਰ ਸਾਂਝੀਆਂ ਕਰੂੰਗਾ। ਅਤੇ ਨਾਲ ਮੈਂ ਸਮਝਦਾ ਜੇ ਨਾਨਕ ਨਾਮ ਜਹਾਜ਼ ਫਿਲਮ ਦੀ ਗੱਲ ਚੱਲੀ ਹੈ ਤਾਂ ਉਹਦਾ ਇੱਕ ਗੀਤ ਛੋਟਾ ਜਿਹਾ
मैं अज वैसे गाने जिहड़े लैके आया दो फिल्मों के ले आया, इन्हां ने बहुत पंजाबी फिल्मों च काम किया, हिंदी फिल्मों का संगीत बहुत दिता, पर मैं एक नानक नाम जहाज़ तो एक सुखी परिवार फिल्म आई सी बड़ी वधिया, वह भी सुपोर्ट उपर हिट रही सी। अगर नानक नाम जहाज़ की गल करिए 15 अप्रैल 1969 नूं यह फिल्म आई सी और सुपोर्ट उपर हुई सी। इहदा गीत जिहड़ा एक साडा हैगा किते भी कोई चंगा काम करना होवे तो वह गीत गाया जाता है। अजकल बहुत सारे स्कूलों के विच प्रेयर के तौर पर भी इस गीत नूं गाया जाता, बहुत सारे कलाकारों ने गाया, पर महेंद्र कपूर का गाया गीत ज़्यादा प्रचलित होया सीगा। देह सेवा बर मोहे यह शुभ कर्मन तय कब हो ना टरूं। तुसी भी देखो थोड़ा जा यह गीत, उस तो बाद करते हैं अगली गलबात। अचंभे वाली गल होएगी कि पुलिस इंस्पैक्टर का मुंडा कहिंदा मैं संगीत सीखना, क्या होगा बापू ने भी नहीं पुत तू बन जा पुलिस वाला बड़ी टौर है, तो उन्हें कहा भी नहीं मैं तो संगीत सीखना। तो फिर 9 साल की उम्र में संत सुजान सिंह जी को अपना संगीत सीखने चल गए। एस महेंद्र का मैं जिक्र इस करके कर रहा कि बहुत सारे पंजाबी तो बॉलीवुड के सुपर डुपर हिट हुए ने, पर अगर असी गल करिए पूरन गुरसिख सरूप दे विच बहुत घट हिट हुए ने। ये भी अपनी एक जगह दसते हैं, कहिंदे भी विजय भट्ट ते शंकर भट्ट ने इन्हां नूं बुलाया जो इन्हां दे गीत वगैरह हिट हो गए बहुत सारे। अगली फिल्म दे विच संगीत देने लिए बुलाया तो वह बॉडीगार्ड जिहड़ा सी उन्हें कहा किससे मिलना है, तो उन्हें कहा भट्ट साहब से मिलना। वो भट्ट साहब नूं कहिंदा भी तुहानूं कोई सरदार जी मिलने आए हैं आपको, तो उन्हें देखिया कहिंदे दूरों ये आप दसदे ने अपनी स्टोरी दे विच किताब दे विच, उन्होंने देखिया दूरों कहिंदे भी उन्हें कहिंदे अज सैट ते कोई काम है नहीं, उन्होंने कहिंदे भी उन्होंने सोचा भी कोई मिस्त्री आया वा कोई सैट सुट ठीक करने वास्ते भी अज सैट ते काम कोई है नहीं। वो कहिंदा भी मैं बॉडीगार्ड नूं पासे करके उहदे कोल चल गया कि जाके उहनूं कहा मैं कोई कलपत्तियां ठोकण नहीं आया इत्थे भाई, मैनू तुसीं बुलाया अपनी अगली फिल्म दे संगीत वास्ते। वो कहिंदा है वो अच्छा, फिर जाके बैठे बूठे जो गीत सुने तो फिर उन्होंने यकीन आया वाकई ये वो संगीतकार है जिन्होंने मैं बुलाया। तो 1950 नीली फिल्म आई जो बहुत फिल्म हिट हुई सी, पापी फिल्म 1953 दे विच आई सी, 1955 शहजादा आई सी, बहुत सारिया फिल्मां इन्हां दीआं आईआं। अगर पंजाबी फिल्मों की गल करिए मन जीते जगजीत, लाडली, दाज, तेरी मेरी एक जिंदड़ी, संतो बंतो, सुखी परिवार, मौला जट, ते नाल नाल दुख भंजन, तेरा नाम, ये भी फिल्म इन्हां दी आई सी। बहुत सुपर डुपर फिल्मों के इन्हां ने संगीत दिता। एस महेंद्र नूं अगर कोई जानते हो दोस्त मित्र वाशिंगटन की गल करिए तो वाशिंगटन तो इत्थे अपने नेड़े ही पैंदा, सियाटल वाले पासे 1973 दे विच मूव हो गए सीगे, तो उदो 1983 मूव होए सी, कहिंदे इत्थे सियाटल मूव हो गए सीगे। इकबाल माल जी दसदे ने किताब दे विच, तो इन्हां दे कोई दोस्त मित्र होणगे जां इन्हां दे कोई रिश्तेदार होणगे जो कोई प्रोग्राम देखते हैं तो जरूर सानू कॉल करके उन्हां दा जिक्र जरूर करियो। 1942 दे विच इन्हां ने ननकाणा साहब तो 10वीं कीती सी, उस तो बाद जिहड़ा खाल लायलपुर खालसा कॉलेज दे विच फिर इन्होंने उचेरी विद्या हासिल कीती। और कमाल की गल ये है जदों 1947 की वंड हुई है तो वंड तो 3 महीने पहला इन्होंने फैसला किया कि बॉम्बे दे विच सैट होना, तो वो 3 महीने जिहड़े इन्हां नूं ये नहीं सी पता भी 3 महीने बाद इस देश की वंड हो जाएगी तो मैं फिर इधर ही रह जूँगा। सो उस वंड दे विच आपां नूं पता भी कई हज़ारां बहुत खूबसूरत आवाज़ां ते बहुत खूबसूरत कलमां इधरों अपने वाले पास्यों उधर गई, तो चढ़ते वाले पास्यों लेंदे नूं गई, तो हज़ारा ही कलमां ते हज़ारा ही खूबसूरत आवाज़ां जिहड़ियां हैगियां वो लेंदे वाले पास्यों चढ़ते वाल आईआं सीगियां। तुहाड़ियां कालां लैण तों पहलां एक बड़ा वधिया बोलियां नुमा गीत हैगा इन्हां दा, सुखी परिवार फिल्म की अगर गल करिए उहदे धीरज कुमार सी, जहीरा सी, महेंद्र संधु, मेहर मित्तल, ओम प्रकाश, तकरीबन हर कलाकार उहदे च सीगा, कॉमेडी बड़ी वधिया सीगी। तो तकरीबन गीतों की गल करिए शुरू के समय में बाद दे मेरे ख्याल बहुत घट गए ने, आशा भोसले जी के गीतों है, रफ़ी साहब के गीत ने, मीनू पुरशोत्तम के ने, जगजीत सिंह जी का भी गीत हैगा, वो शैलेंद्र सिंह ने भी वो गाया जो कि बाद दे हिंदी फिल्मों के सुपर डुपर हिट गायक जोड़े सारे ये है। सो इन का गीत जोड़ा हैगा जी, ये बोलियां ने जे मुंडे आवे मेरी तोर तू वेखनी, ये अक्सर आप सुनते रहने पर इन्हों के मुहम्मद रफ़ी साहब ने गाया तो आशा भोसले साह जी ने गाया, जे मैं गलत होवां तो मैनूं दुरुस्त जरूर कर दिओ। थोड़ियां कालां लैण तो पहला जां होर गलबात करन तो पहला देखदे हां जी एस महेंद्र दा संगीतबद्ध कीता होया इह गीत, सर साहब दे संगीतबद्ध कीते होए गीत तुहानूं दिखाया, गीत होर पिया मेरे को मेरा प्यार करन नूं करदा है जी, रफ़ी साहब ते आशा भोसले दा गाया होया, कोशिश करांगे जे उह सुणा होया टाइम लग्गिया जरूर सुणावांगे। तो हुण आपां कालां वाले पासे चलदे हां,
ਕਾਲਾਂ ਦੀ ਅਗਰ ਗੱਲ ਕਰੀਏ ਤਾਂ ਗੱਲ ਆਪਾਂ ਕੋਈ ਵੀ ਕਰ ਸਕਦੇ ਹੁੰਦੇ ਹਾਂ, ਅੱਜ ਕੋਈ ਬੰਦਿਸ਼ ਨਹੀਂ ਹੈ ਕਿ ਆਪਾਂ ਇਸੇ ਵਿਸ਼ੇ 'ਤੇ ਗੱਲ ਕਰਨੀ, ਵੈਸੇ ਤਾਂ ਰੋਜ਼ ਹੀ ਕੋਈ ਬੰਦਿਸ਼ ਨਹੀਂ ਹੈਗੀ, ਇਹ ਕੋਈ ਉਹ ਨਹੀਂ ਹੈਗਾ ਵੀ ਅਸੀਂ ਇੱਥੇ ਕਰ ਰਹੇ ਕੋਈ ਹਊਆ ਬਣਾ ਰਹੇ, ਆਪਾਂ ਗੱਲਾਂ ਪਤਾ ਕਰੀਦੀਆਂ ਕੋਈ ਚੰਗੀਆਂ ਮਾੜੀਆਂ। ਮੈਂ ਇਹ ਸਮਝਦਾ ਵੀ ਅਗਰ ਸਾਡੇ ਅੱਜ ਦਰਸ਼ਕ ਕੋਈ ਕਰੋਨਾ ਨਾਲ ਸੰਬੰਧਿਤ ਕਰੋਨਾ ਵਾਇਰਸ ਦੀ ਗੱਲ ਕਰਦੇ ਕਿਤੇ ਕਰੋਨਾ ਬੀਅਰ ਦੀ ਗੱਲ ਦੱਸਣ ਲੱਗ ਪਓ, ਕਰੋਨਾ ਵਾਇਰਸ ਦੇ ਨਾਲ ਸੰਬੰਧਿਤ ਕੋਈ ਗੱਲਬਾਤ ਜ਼ਿਹਨ ਦੇ ਵਿੱਚ ਹੋਵੇ ਜਾਂ ਕੋਈ ਆਸੇ ਪਾਸੇ ਵਾਪਰੀ ਹੋਵੇ, ਕੋਈ ਚੰਗੀ ਜਾਂ ਮਾੜੀ, ਕੋਈ ਪੇਸ਼ੈਂਟ ਠੀਕ ਹੋਇਆ ਹੋਵੇ ਜਾਂ ਰੱਬ ਨਾ ਕਰੇ ਕੋਈ 19-21 ਹੋਈ ਹੈ, ਤਾਂ ਉਹ ਜ਼ਰੂਰ ਸਾਂਝੀ ਕਰੋ। ਮੁੱਖ ਦੀ ਗੱਲ ਇਹ ਹੈ ਕਿ ਅਵੇਅਰ ਕਰਨਾ, ਡਰਾਉਣਾ ਨਹੀਂ ਅਸੀਂ ਕਿ ਵੀ ਇਹ ਪਤਾ ਨਹੀਂ ਕੀ ਆ ਗਿਆ। ਡਰਨ ਦੇ ਨਾਲ ਅੱਧਿਓਂ ਵੱਧ ਬੰਦੇ ਵੈਸੇ ਹੀ ਹੋ ਜਾਂਦੇ ਆ, ਔਰ ਮੈਂ ਇਹ ਵੀ ਦੇਖੀ ਚੀਜ਼ ਘਰਾਂ ਦੇ ਵਿੱਚ ਵੀ ਦੇਖੀ ਅਕਸਰ ਕਿ ਘਰ ਵਾਲੀਆਂ ਦੀ ਖਾਸ ਤੌਰ 'ਤੇ ਮੈਂ ਗੱਲ ਕਰਦਾ, ਮਾੜੀ ਜਿਹੀ ਖੰਘ ਵੀ ਆ ਗਈ ਨਾ, ਚਾਹੇ ਉਂ ਹੀ ਉੱਥੋਂ ਆ ਗਿਆ ਕੋਈ ਮਿਰਚ ਮੁਰਚ ਖਾਧੀ ਗਈ, ਹਾਏ ਹਾਏ ਮੈਨੂੰ ਲੱਗਦਾ ਮੈਨੂੰ ਕਰੋਨਾ ਵਾਰਸ ਹੋ ਗਿਆ, ਮਤਲਬ ਐਂ ਬੁਰਸ਼ ਕਰਦੇ ਕਰਦੇ ਦੰਦਾਂ 'ਚੋਂ ਕਿਤੇ ਖੂਨ ਖਾਨ ਕੋਈ ਨਿਕਲਿਆ ਮਾੜਾ ਮੋਟਾ, ਹਾਏ ਹਾਏ ਮੈਨੂੰ ਲੱਗਦਾ ਮੈਨੂੰ ਕੈਂਸਰ ਹੋਇਆ ਨਾ, ਮੂੰਹ 'ਚੋਂ ਖੂਨ ਆਇਆ। ਸੋ ਕਈ ਇੱਦਾਂ ਦੀਆਂ ਗੱਲਾਂ ਵੀ ਹੋਈਆਂ, ਉਹ ਚੀਜ਼ਾਂ ਅਸੀਂ ਅਵੋਇਡ ਕਰਨੀਆਂ। ਚਾਹੇ ਹੋਰ ਕੋਈ ਗੱਲਬਾਤ ਕੋਈ ਪੰਜਾਬ ਦੀ ਕਰਨੀ ਚਾਹੁੰਦੇ, ਪੰਜਾਬੀਆਂ ਦੀ ਕਰਨੀ ਚਾਹੁੰਦੇ, ਲੀਡਰੀ ਦੀ ਕਰਨੀ ਚਾਹੁੰਦੇ, ਸੰਗੀਤ ਦੀ ਕਰਨੀ ਚਾਹੁੰਦੇ ਹੋ ਤਾਂ ਮੋਸਟ ਵੈਲਕਮ ਹੈ। ਕਾਲਾਂ ਤੁਹਾਡੀਆਂ ਭਰ ਗਈਆਂ ਫਟਾਫਟ, ਅਤੇ ਨਾਲ ਦੀ ਨਾਲ ਇੱਕ ਕਾਲ ਹੈ, ਮੁੱਦਾ ਵੇਲੇ ਦੀ ਹੋਲਡ ਹੈ, ਮੈਂ ਸ਼ਾਇਦ ਦੇਖਾਂ ਕਿਤੇ ਇਹ। ਹੈਲੋ, ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਤੁਹਾਡੀ ਕਾਲ ਮੁੱਦਾ ਵੇਲੇ ਦੀ ਹੋਲਡ ਹੈ, ਸ਼ਾਇਦ ਤੁਸੀਂ ਮੁੱਦਾ ਦੇ ਵਿੱਚ ਗੱਲ ਕਰਨੀ ਚਾਹੁੰਦੇ ਸੀ। ਹਾਂਜੀ, ਸਤਿ ਸ਼੍ਰੀ ਅਕਾਲ, ਮੈਂ ਇੱਥੋਂ ਓਕਲੈਂਡ ਤੋਂ ਬਲਜੀਤ ਕੌਰ ਬੋਲਦੀ ਹਾਂ, ਬਰੀ ਵਿਲੇ ਤੋਂ। ਹਾਂਜੀ ਹਾਂਜੀ, ਸਵਾਗਤ ਜੀ। ਹਾਂਜੀ, ਕੀ ਕਹਿਣਾ ਚਾਹੁੰਦੇ? ਮੈਂ ਦੇਖਣਾ ਮੈਂ ਤੁਹਾਡਾ ਇੱਧਰ ਆ ਜਿਹੜਾ ਟੈਲੀਵਿਜ਼ਨ, ਮੈਂ ਹੋਰ ਕਾਲ ਨਹੀਂ ਜ਼ਿਆਦਾ ਕਰਨੀ ਆ, ਟੈਲੀਵਿਜ਼ਨ ਤੁਸੀਂ ਖੋਲਿਓ ਸਾਡੇ ਵਾਲਾ ਹੈ ਨਾ। ਹਾਂਜੀ, ਲੈਥਰੋਪ ਜੀ ਫੋਨ ਹੈਗਾ ਆ, ਰੂਹ ਜਾਕਦਾ। ਨਹੀਂ ਨਹੀਂ, ਇਹ ਜਿਹੜੇ ਫੋਨ ਆ ਨਾ ਜੀ, ਇਹ ਇੰਟਰਨੈਸ਼ਨਲ ਫੋਨ ਹੁੰਦੇ ਆ, ਇਹ ਅਸੀਂ ਇੰਡੀਆ ਜਾਂਦੇ ਉੱਥੇ ਵੀ ਚੱਲ ਜਾਂਦੇ, ਨਿਊਯਾਰਕ ਵੀ ਚੱਲ ਜਾਂਦੇ, ਪਰ ਇੱਥੇ ਦਾ ਨੰਬਰ ਵੀ ਮੇਰੇ ਖਿਆਲ ਆਉਂਦਾ ਹੋਏਗਾ, ਮੈਂ ਪਤਾ ਕਰਦਾ, ਅਤੇ ਉਹ ਜ਼ਰੂਰ ਅਸੀਂ ਤੁਹਾਡਾ ਧਿਆਨ ਰੱਖਾਂਗੇ। ਬਹੁਤ ਮਿਹਰਬਾਨੀ ਤੁਹਾਡੀ ਜੀ ਗੱਲਬਾਤ ਕਰਨ ਵਾਸਤੇ। ਨਹੀਂ, ਇਹ ਇੱਕ ਨੰਬਰ ਆਉਂਦਾ 1-844-324-1300, ਉਹ ਹੈਗਾ ਉਹ ਇੰਟਰਨੈਸ਼ਨਲ। ਮੈਂ ਕਰਦੀ ਹਾਂ ਬਸ, ਚਲੋ ਧਿਆਨ ਰੱਖੋ ਜੀ ਆਪਣਾ, ਖਾਸ ਤੌਰ 'ਤੇ ਸਿਰਫ ਕਹਿੰਦੇ ਵੀ ਹੱਥਾਂ ਦਾ ਹੀ ਧਿਆਨ ਰੱਖਣਾ, ਵੀ ਕਿਤੇ ਵੀ ਜਾਂਦੇ ਹੋਣੇ ਆ 20 ਸੈਕਿੰਡ ਹੱਥ ਚੰਗੀ ਤਰ੍ਹਾਂ ਐਨ ਮਲ ਮਲ ਕੇ ਧੋਈਏ, ਤਾਂ ਫਿਰ ਮਿਹਰਬਾਨੀ ਮਿਹਰਬਾਨੀ। ਹਾਂਜੀ ਹਾਂਜੀ, ਨਹੀਂ ਆਪਾਂ ਨੂੰ ਕੁਛ ਨਹੀਂ ਕਹਿੰਦਾ ਜੀ ਕਰੋਨਾ, ਠੀਕ ਆ, ਮਿਹਰਬਾਨੀ, ਬਹੁਤ ਚੰਗੀ ਗੱਲ ਆ ਜੀ, ਸਭ ਤੰਦਰੁਸਤ ਰਹਿਣ। ਹੈਲੋ, ਵਾਹ ਜੀ ਵਾਹ, ਸੁਰਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਜੀ ਵੀਰੇ? ਮੈਂ ਕਿਹਾ ਜੀ ਕਿਰਪਾ ਫਿਲਹਾਲ ਜੀ, ਫਿਲਹਾਲ ਤਾਂ ਪੂਰੀ ਕਿਰਪਾ, ਕੱਲ ਦਾ ਉਹਨੂੰ ਪਤਾ ਹੋਊ। ਇਹ ਨਹੀਂ, ਇਹਦਾ ਨਾ ਜੀ, ਇਹਦਾ ਟੋਟਲ 45 ਦਿਨ ਦਾ ਪ੍ਰੋਸੀਜਰ ਹੁੰਦਾ ਇਹਦਾ, ਇਹ ਜਿੱਥੇ ਜਿੱਥੇ ਸ਼ੁਰੂ ਹੋਇਆ ਸੀ ਵਹਿਮ ਦੇ ਵਿੱਚ, ਚੀਨ ਦੇ ਵਿੱਚ, ਉੱਥੇ ਜ਼ਿੰਦਗੀ ਨੋਰਮਲ ਹੋ ਗਈ ਹੈ, ਲੋਕ ਕੰਮਾਂ ਕਾਰਾਂ 'ਤੇ ਜਾਣ ਲੱਗ ਪਏ, ਸੜਕਾਂ ਸੁੜਕਾਂ। ਇਹ 45 ਦਿਨ ਥੋੜ੍ਹਾ ਧਿਆਨ ਰੱਖਣਾ ਪੈਂਦ�, ਜਿੱਥੇ ਵੀ ਜਿਸ ਏਰੀਏ 'ਚ ਆਉਂਦਾ ਨਾ, ਜਿਸ ਸ਼ਹਿਰ ਸ਼ੁਰੂ ਦੇ ਵਿੱਚ, ਅੱਛਾ ਜੀ, ਹਾਂ 45 ਦਿਨ ਧਿਆਨ ਰੱਖਣਾ ਪੈਂਦਾ, ਉੱਥੇ 45 ਦਿਨ ਪੂਰੇ ਹੋ ਗਏ, ਉੱਥੇ ਬਿਲਕੁਲ ਠੀਕ ਹੋ ਗਿਆ। ਰੌਲਾ ਅਸਲ ਦੇ ਵਿੱਚ ਹੋਏਗਾ ਵੀ ਥੋੜ੍ਹਾ ਬਹੁਤ ਰੌਲਾ ਜ਼ਿਆਦਾ, ਖਾਸ ਤੌਰ 'ਤੇ ਬੇ ਏਰੀਏ ਦਾ ਥੋੜ੍ਹਾ ਜ਼ਿਆਦਾ ਰੌਲਾ ਹੈਗਾ ਆਪਣੇ ਇੱਥੇ, ਜ਼ਿਆਦਾ ਡਰਾਈ ਜ਼ਿਆਦਾ ਜਾਂਦੇ ਆ। ਨਹੀਂ, ਚਲੋ ਖੈਰ ਧਿਆਨ ਤਾਂ ਰੱਖਣਾ ਚਾਹੀਦਾ, ਇਹਨੂੰ ਆਪਾਂ ਡਰਾਉਣਾ ਕਹਿ ਲਈਏ ਚਾਹੇ ਅਵੇਅਰਨੈਸ ਕਹਿ ਲਈਏ, ਅਤੇ ਇਹ ਜ਼ਰੂਰੀ ਹੈ ਜੀ, ਕਿਤੇ ਜਾਂਦੇ ਹੋ ਨੇ ਉਹ, ਤਾਂ ਕਿਤੇ ਵੀ ਜਾਂਦੇ ਹੋ ਉੱਥੇ ਜਾ ਕੇ ਹੱਥ ਧੋਵੋ, ਤਾਂ ਮੂੰਹ ਨੂੰ ਹੱਥ ਨਹੀਂ ਲੱਗਣਾ ਚਾਹੀਦਾ, ਇਹਦਾ ਇੱਕ ਤਰੀਕਾ ਹੈ। ਜਾਂਦੇ ਉਹਨੂੰ ਰਾਹ ਦੇ ਵਿੱਚ ਮੂੰਹ ਦੇ ਹੱਥ ਲੱਗ ਗਿਆ, ਨੱਕ 'ਤੇ ਖੁਰਕ ਆ ਗਈ, ਉਹ ਨਹੀਂ ਕਰਨੀ, ਚੰਗੀ ਤਰ੍ਹਾਂ 20 ਸੈਕਿੰਡ ਹੱਥ ਧੋ ਕੇ, ਤਾਂ ਫਿਰ ਜੋ ਮਰਜ਼ੀ ਆਪਣਾ ਹੱਸੋ ਖੇਡੋ। ਹਾਂਜੀ, ਕੀ ਸੁਣਾਓਗੇ ਜੀ ਸਾਡੇ ਦਰਸ਼ਕਾਂ ਨੂੰ? ਇੱਕ ਬਾਪੂ ਨੇ ਆ ਹੀ ਲਿਖਿਆ ਆਪਣੇ ਮਿਰਜ਼ੇ ਲਈ 4 ਕਲੈਣਾ। ਹਾਂਜੀ, ਉਹ ਕਰ ਲਈਏ? ਕਰੋ ਜੀ, ਕਰੋ, ਜ਼ਰੂਰ ਕਰੋ ਜੀ, ਆਪਾਂ ਬੈਠੇ ਇਸੇ ਕੰਮ ਲਈ। ਸੀ ਤੂੰ ਜੰਡ ਖੂਨੀਆਂ ਸਾਡੇ ਖੂਨ ਦਾ ਭੁੱਖਾ, ਚਰਨ ਤੱਕੀ ਸੀ ਅਸਾਂ ਨੇ ਰੋਹੀ ਦਿਆ ਰੁੱਖਾ, ਮਾਈ ਬਾਪ ਨੂੰ ਛੱਡ ਕੇ ਦੇ ਮੈਂ ਤੈਂਡੇ ਸੰਗ ਸੀ ਕੰਡੀ, ਤੇਰੇ ਹੇਠ ਡੋਰਿਆ ਵੇ ਮੈਂ ਤਾਂ ਹੋ ਗਈ ਰੰਡੀ, ਮਾਈ ਬਾਪ ਦੇ ਸ਼ਰਾਦਾ ਮੈਂ ਹੁਕਮ ਨਾ ਸੁਣਿਆ, ਸ਼ਰਮਾ ਲਾ ਕੇ ਜਗਦੀਆਂ ਇੱਕ ਮਿਰਜ਼ਾ ਚੁਣਿਆ, ਕੋਈ ਜੀਵੇ ਖਾਨ ਦੀ ਦੁਨੀਆਂ ਵਿੱਚ ਪੰਡੀ, ਤੇਰੇ ਹੇਠ ਡੋਰਿਆ ਵੇ ਮੈਂ ਤਾਂ ਹੋ ਗਈ ਸਹਿਬਾਂ ਰੰਡੀ, ਬਾਗੀ ਹੋ ਕੇ ਲੱਗੀਆਂ ਚੰਦਰੀਆਂ ਅੱਖਾਂ, ਤੇ ਬਣਾ ਕੇ ਧਰ ਗਿਆ ਵਸਦੇ ਘਰ ਲੱਖਾਂ, ਜਿੱਥੇ ਜਾ ਕੇ ਗੱਡ ਲਈ ਇਸ ਇਸ਼ਕ ਨੇ ਚੰਡੀ, ਤੇਰੇ ਹੇਠ ਡੋਰਿਆ ਵੇ ਮੈਂ ਤਾਂ ਹੋ ਗਈ ਸਹਿਬਾਂ ਰੰਡੀ। ਮਿਹਰਬਾਨੀ, ਆਸ਼ਕਾਂ ਮੁੱਢ ਤੋਂ ਇੱਕ ਟੱਪ
ਹੈਗੇ ਇਹ ਕਰ ਲਓ ਚਲੋ ਕਰ ਲਓ ਕੋਈ ਨਾਲੇ ਆਸ਼ਕਾ ਮੁੱਢ ਤੋਂ ਜਗ ਕਰਦਾ ਲੋੜਾ ਹੈ ਕਰਨ ਵਾਲੇ ਅਜੀਤ ਦਾ ਪੈ ਗਿਆ ਵਿਛੋੜਾ ਅਜਰਾਈਲ ਫਰੇਤਾ ਭੰਨ ਧਰ ਗਿਆ ਕੰਡੀ ਤੇਰੇ ਹੇਠ ਡੋਰਿਆ ਵੇ ਮੈਂ ਤਾਂ ਹੋ ਗਈ ਸਹਿਬਾਂ ਰੰਡੀ ਤੇਰੇ ਹੇਠ ਡੋਰਿਆ ਵੇ ਮਿਹਰਬਾਨੀ ਜੀ ਹਰਭਜਨ ਮਾਨ ਅਤੇ ਗੁਰਸੇਵਕ ਮਾਨ ਨੇ ਇਹ ਗਾਇਆ ਸੀ ਬਹੁਤ ਮਸ਼ਹੂਰ ਹੋਇਆ ਸੀ ਇਹ ਵੀ ਇਹਨਾਂ ਦਾ ਗੀਤ ਵੈਸੇ ਕਰਨੈਲ ਸਿੰਘ ਪਾਰਸ ਸਾਹਿਬ ਰਾਮੂ ਵਾਲੀ ਇਹ ਉਹਨਾਂ ਦੇ ਜਿੰਨੀਆਂ ਵੀ ਕਵਿਸ਼ਰੀਆਂ ਤੱਕ ਆਈਆਂ ਤਕਰੀਬਨ ਸਾਰੀਆਂ ਬਹੁਤ ਪਸੰਦ ਕੀਤੀਆਂ ਗਈਆਂ ਬਹੁਤ ਵਧੀਆ ਕਵਿਸ਼ਰ ਸੀਗੇ ਉਹ ਔਰ ਗੱਲ ਕਰੀਏ ਕਾਰਾਂ ਦਾ ਸਿਲਸਿਲਾ ਆਪਾਂ ਸ਼ੁਰੂ ਕਰ ਦਿੱਤਾ ਵਿਸ਼ਾ ਵਸਤੂ ਕੋਈ ਨਹੀਂ ਹੈ ਕੋਈ ਵੀ ਦਿਲ ਦੇ ਵਲਵਲੇ ਜਿਹੜੇ ਹੈਗੇ ਲੱਖਾਂ ਪੰਜਾਬੀਆਂ ਦੇ ਨਾਲ ਸਾਂਝੇ ਕਰ ਸਕਦੇ ਹੋ ਪਰ ਕਰਾਂਗੇ ਬ੍ਰੇਕ ਤੋਂ ਬਾਅਦ ਫਿਲਹਾਲ ਦੇਖਦੇ ਰਹੋ ਜਸ ਪੰਜਾਬੀ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਜੀ ਬ੍ਰੇਕ ਤੋਂ ਬਾਅਦ ਫਿਰ ਆਪਾਂ ਕਾਲਾਂ ਵਾਲੇ ਪਾਸੇ ਫਿਰ ਚੱਲਦੇ ਹਾਂ ਕਾਲਾਂ ਤੁਹਾਡੀਆਂ ਆ ਰਹੀਆਂ ਨੇ ਔਰ ਗੱਲਬਾਤ ਆਪਾਂ ਕੋਈ ਵੀ ਕਰ ਸਕਦੇ ਹੁੰਦੇ ਜਿਵੇਂ ਮੈਂ ਕਿਹਾ ਪਹਿਲਾਂ ਕੋਈ ਗੀਤ ਸੰਗੀਤ ਸੁਣਨਾ ਸੁਣਨਾ ਚਾਹੁੰਦੇ ਹੋ ਕੋਈ ਜਾਣਕਾਰੀ ਦੇਣੀ ਚਾਹੁੰਦੇ ਹੋ ਤਾਂ ਜ਼ਰੂਰ ਕਾਲ ਕਰਕੇ ਗੱਲ ਕਰ ਸਕਦੇ ਹੈਲੋ ਹਾਂਜੀ ਜਗਤਾਰ ਸਿੰਘ ਜੀ ਸਤਿ ਸ਼੍ਰੀ ਅਕਾਲ ਮੈਂ ਗੁਰਮੇਲ ਸਿੰਘ ਧੀਰ ਬੋਲਦਾ ਜੀ ਸਤਿ ਸ਼੍ਰੀ ਅਕਾਲ ਜੀ ਸਾਹਿਬ ਗੁਰਮੇਲ ਸਿੰਘ ਧੀਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਕੀ ਹਾਲ ਚਾਲ ਨੇ ਜੀ ਕੈਨੇਡਾ ਦੇ ਹਾਂ ਹਾਲ ਚਾਲ ਤੁਹਾਡੇ ਵਰਗੇ ਹੀ ਆ ਜੀ ਇੱਥੇ ਵੀ ਪਰ ਲੋਕਾਂ ਨੂੰ ਪੈਨਿਕ ਹੋਣ ਦੀ ਘਬਰਾਉਣ ਦੀ ਜ਼ਰੂਰਤ ਨਹੀਂ ਹੈਗੀ ਤੇ ਇੱਕ ਦੱਸੋ ਮਤਲਬ ਦੱਸਣਾ ਚਾਹੁੰਦਾ ਕਿ ਸਫਾਈ ਪੂਰੀ ਰੱਖੋ ਜਦੋਂ ਵੀ ਘਰ ਆਵੋ ਤਾਂ ਘਰ ਆ ਕੇ ਹੱਥ ਚੰਗੀ ਤਰ੍ਹਾਂ ਧੋਵੋ ਦੂਸਰਾ ਤੁਸੀਂ ਆਪਣੇ ਜੇ ਘਰ ਬੈਠ ਕੇ ਅਰਦਾਸ ਕਰ ਸਕਦੇ ਹੋ ਨਾ ਮੈਂ ਨੀ ਕਹਿੰਦਾ ਗੁਰਦੁਆਰੇ ਜਾਓ ਪਰ ਜੇ ਘਰ ਬੈਠ ਕੇ ਅਰਦਾਸ ਅਰਦਾਸ ਇੱਕ ਇਹੋ ਜਿਹੀ ਚੀਜ਼ ਆ ਤੁਸੀਂ ਕਿਤੇ ਵੀ ਕਰ ਸਕਦੇ ਹੋ ਕਿਤੇ ਵੀ ਜੀ ਬਿਲਕੁਲ ਹੋਵੋ ਚਾਹੇ ਬਾਹਰ ਹੋਵੋ ਤੁਸੀਂ ਘਰ ਆ ਕੇ ਕਰੋ ਤੇ ਗੁਰਦੁਆਰੇ ਵੀ ਜਾਂਦੇ ਹੋ ਜੇ ਉੱਥੇ ਕਿਸੇ ਚੀਜ਼ ਨੂੰ ਹੱਥ ਲਾਉਂਦੇ ਹੋ ਤਾਂ ਪਲੀਜ਼ ਉੱਥੇ ਜਿਹੜੇ ਪਏ ਹੁੰਦੇ ਨੇ ਚੁੰਮਟੇ ਜਾਂ ਕੋਈ ਚੀਜ਼ ਪਈ ਹੁੰਦੀ ਆ ਉਹਦੇ ਨਾਲ ਚੁੱਕੋ ਹੱਥਾਂ ਨਾਲ ਨਾ ਚੁੱਕੋ ਤੇ ਬਾਕੀ ਤੁਸੀਂ ਆਪਣੇ ਪੂਰਾ ਪਰਹੇਜ ਰੱਖੋ ਇੱਥੇ ਸਟੋਰਾਂ ਦੇ ਵਿੱਚ ਹੁਲੜਬਾਜ਼ੀ ਨਾ ਕਰੋ ਸਾਡੇ ਤਾਂ ਸਟੋਰਾਂ ਵਿੱਚ ਟਰੂਡੋ ਸਾਹਿਬ ਨੇ ਅਨਾਉਂਸਮੈਂਟ ਕੀਤੀ ਹੈ ਕਿ ਜੇ ਤੁਸੀਂ ਘਰੇ ਰਹੋਗੇ ਤੁਹਾਨੂੰ$25 ਦਿੱਤੇ ਜਾਣਗੇ ਘਰੋਂ ਬਾਹਰ ਨਾ ਨਿਕਲੋ ਤੇ ਕੋਈ ਫਾਰਮ ਫੁਰਮ ਭਰਨਾ ਪੈਂਦਾ ਹੈਗੀ ਇਹ ਸੱਚੀ ਗੱਲ ਹੈ $2500 ਤਾਂ ਨਹੀਂ ਕਿਹਾ ਉਹਨਾਂ ਨੇ ਉਹ ਕਹਿੰਦੇ ਵੀ ਜਿਹੜਾ ਤੁਹਾਡਾ ਜੇ ਤੁਹਾਡੀ ਲੇ ਆਫ ਵੀ ਹੋਊਗੀ ਨਾ ਤੁਹਾਨੂੰ ਪੈਸੇ ਪੂਰੇ ਮਿਲਣਗੇ ਪੈਸੇ ਪੂਰੇ ਮਿਲਣਗੇ ਤਾਂ ਮਤਲਬ ਐਵੇਂ ਕਿਸੇ ਨੇ ਹਵਾ ਉਡਾਤੀ ਪਰ ਉਹ ਪੈਸੇ ਤੁਹਾਨੂੰ ਪੂਰੇ ਮਿਲਣਗੇ ਤੁਹਾਡਾ ਕੋਈ ਦਿਨ ਨਹੀਂ ਕੱਟਿਆ ਜਾਊਗਾ ਤੇ ਤੁਸੀਂ ਕੰਮ ਦਾ ਫਿਕਰ ਨਾ ਕਰੋ ਤੇ ਗਰੋਸਰੀ ਇੱਕ ਦੂਜੇ ਨਾਲ ਸ਼ੇਅਰ ਕਰੋ ਜਿਹੜਾ ਹੋਵੇ ਤੁਸੀਂ ਆਟੇ ਦੇ ਸਾਰੇ ਬੈਗ ਟੁੱਕ ਲਿਆਵੋ ਤੇ ਬਾਅਦ ਦੇ ਵਿੱਚ ਉਹ ਆਟੇ ਦੇ ਬੈਗਾਂ ਨੂੰ ਸੁਸਰੀ ਲੱਗ ਜਾਵੇ ਤੇ ਕੀ ਕਰੋਗੇ ਇੱਕ ਇੱਥੇ ਹਾਂਜੀ ਧੀਰ ਸਾਹਿਬ ਇੱਕ ਮੈਂ ਛੋਟੀ ਜਿਹੀ ਗੱਲ ਤੁਹਾਡੀ ਕੱਟ ਕੇ ਕਰਨੀ ਚਾਹੁੰਦਾ ਬੇਰੀਆ ਦੀ ਜਿਹੜੀ ਸਾਡੇ ਇੱਥੇ ਬੇਰੀਆ ਪੈਂਦਾ ਸੈਨ ਫਰਾਂਸਿਸਕੋ ਦੇ ਨੇੜੇ ਸੈਨ ਹੋਜ਼ੇ ਵਗੈਰਾ ਉੱਥੇ ਸ਼ਾਇਦ ਉਹ ਕਾਉਂਟੀ ਇਹ ਕਰ ਰਹੀ ਹੈ ਉਸ ਕਾਉਂਟੀ ਦੇ ਵਿੱਚ ਚਾਰ ਕਾਉਂਟੀਆਂ ਪੈਂਦੀਆਂ ਨੇ ਉੱਥੇ ਚਾਰੇ ਕਾਉਂਟੀਜ਼ ਇਹ ਕਰ ਰਹੀਆਂ ਨੇ ਕਿ ਲੋਕ ਘਰੋਂ ਕੋਈ ਬਾਹਰ ਨਹੀਂ ਨਿਕਲੇਗਾ ਕਰਫਿਊ ਵਾਲਾ ਮਾਹੌਲ ਰਹੇਗਾ ਲੇਕਿਨ ਸਟੋਰ ਸਾਰੇ ਖੁੱਲ੍ਹੇ ਰਹਿਣਗੇ ਕਮਾਲ ਦੀ ਗੱਲ ਕਿ ਤੁਸੀਂ ਸਟੋਰ ਨੂੰ ਫੋਨ ਕਰੋਗੇ ਸਟੋਰ ਤੁਹਾਡੇ ਘਰੇ ਡਿਲੀਵਰ ਕਰਨਗੇ ਤੁਸੀਂ ਘਰੋਂ ਬਾਹਰ ਨਹੀਂ ਜਾਣਾ ਇੱਥੇ ਵੀ ਤੁਸੀਂ ਮਤਲਬ ਉਹਨਾਂ ਨੇ ਕਿਹਾ ਵੀ ਪ੍ਰਾਈਮ ਮਿਨਿਸਟਰ ਟਰੂਡੋ ਨੇ ਤੁਸੀਂ ਘਰ ਰਹੋ ਸਟੋਰ ਸਾਰੇ ਮਤਲਬ ਖੁੱਲੇ ਹੋਣਗੇ ਤੇ ਦਵਾਈਆਂ ਵੀ ਸਾਰੀਆਂ ਜਿਹੜੀਆਂ ਨੇ ਫਾਰਮੇਸੀਆਂ ਖੁੱਲੀਆਂ ਰਹਿਣਗੀਆਂ ਘਰੇ ਤੁਹਾਨੂੰ ਮਿਲੂਗੀ ਤੁਹਾਨੂੰ ਹਾਂਜੀ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈਗੀ ਮੁਸੀਬਤਾਂ ਆਉਂਦੀਆਂ ਨੇ ਇਨਸਾਨ ਤੇ ਮੁਸੀਬਤਾਂ ਦਾ ਮੁਕਾਬਲਾ ਕਰਨਾ ਚਾਹੀਦਾ ਜੀ ਹਾਂਜੀ ਪਰ ਸਫਾਈ ਬਹੁਤ ਰੱਖੋ ਕਿਉਂਕਿ ਸਾਡੇ ਲੋਕ ਕਈ ਵਾਰੀ ਮੈਂ ਬਾਹਰ ਦੇਖਦਾ ਉਹਨਾਂ ਬਾਹਰ ਥੁੱਕੀ ਜਾਣਗੇ ਇਹ ਨਾ ਕਰੋ ਪਲੀਜ਼ ਤੁਸੀਂ ਆਪਣਾ ਨੱਕ ਮੂੰਹ ਚੰਗੀ ਤਰ੍ਹਾਂ ਸਾਫ਼ ਕਰਕੇ ਪਹਿਲਾਂ ਘਰ ਆ ਕੇ ਜਦੋਂ ਘਰ ਵੜਦੇ ਹੋ ਉਦੋਂ ਹੀ ਮਤਲਬ ਕਿਸੇ ਚੀਜ਼ ਨੂੰ ਹੱਥ ਲਾਉਣ ਤੋਂ ਪਹਿਲਾਂ ਬਾਥਰੂਮ ਜਾ ਕੇ ਚੰਗੀ ਤਰ੍ਹਾਂ ਧੋਵੋ ਬਿਲਕੁਲ ਹੱਥ ਚੰਗੀ ਤਰ੍ਹਾਂ ਧੋਵੋ ਹਾਂਜੀ ਹੁਣ ਮੈਂ ਗੱਲ ਕਰਨੀ ਚਾਹੁੰਦਾ ਤੁਸੀਂ ਐਸ ਮਹਿੰਦਰ ਸਾਹਿਬ ਨੂੰ ਯਾਦ ਕੀਤਾ ਮੈਂ ਬਹੁਤ ਵਾਰੀ ਸੋਚਦਾ ਹੁੰਦਾ ਸੀ ਵੀ ਉਹਨਾਂ ਦੇ ਬਾਰੇ ਮੈਨੂੰ ਕੁਛ ਨੀ ਪਤਾ ਬੜੀ ਖੁਸ਼ੀ ਹੋਈ ਕਿ ਅਜੇ ਵੀ ਉਹ ਅਮੈਰੀਕਾ ਵਿੱਚ ਕਿਤੇ ਰਹਿ ਰਹੇ ਨੇ ਵਾਸ਼ਿੰਗਟਨ ਹੈਗੇ ਨੇ ਜੀ 1983 ਮੇਰੀ ਮਾਤਾ ਦਾ ਵੀ ਨਾਂ ਇਹੀ ਸੀ ਜਿਹੜਾ ਇਹਨਾਂ ਦੀ ਮਾਤਾ ਦਾ ਨਾਂ ਸੀ ਬਸੰਤ ਕੌਰ ਅੱਛਾ ਜੀ ਹਾਂਜੀ ਅੱਛਾ ਇਹ ਜਿਹੜੀ ਫਿਲਮ ਆਈ ਸੀ ਉਦੋਂ ਮੈਂ ਸੈਕੰਡ ਈਅਰ ਵਿੱਚ ਪੜ੍ਹਦਾ ਸੀ ਲੁਧਿਆਣੇ ਖਾਲਸਾ ਕਾਲਜ ਨਾਨਕਮ ਨਾਮ ਜਹਾਜ਼ ਹਾਂਜੀ ਨਾਨਕ ਨਾਮ ਜਹਾਜ਼ ਹੈ ਉੱਥੇ ਦੀਪਕ ਦੇ ਵਿੱਚ ਲੱਗੀ ਸੀ ਤੁਸੀਂ ਜਗਤਾਰ ਸਿੰਘ ਜੀ ਯਕੀਨ ਨਹੀਂ ਕਰੋਗੇ ਜੋ ਟਰਾਲੀਆਂ ਭਰ ਕੇ ਆਉਂਦੀਆਂ ਸੀ ਪਿੰਡਾਂ ਤੋਂ ਤੇ ਜਿਹੜੇ ਜਾਂ ਬੱਸਾਂ ਆਉਂਦੀਆਂ ਸੀ ਲੋਕਲ ਬੱਸਾਂ ਉਦੋਂ ਚੱਲਦੀਆਂ ਹੁੰਦੀਆਂ ਸੀ ਆਉਂਦੀਆਂ ਸੀ ਉਹ ਕੰਡਕਟਰ ਸਿੱਧਾ ਇਹੀ ਕਹਿੰਦਾ ਸੀ ਚਲੋ ਵੀ ਨਾਨਕ ਨਾਮ ਜਹਾਜ਼ ਮਤਲਬ ਇੰਨੀ ਫਿਲਮ ਚੱਲੀ ਇਹ
ਪਹਿਲਾਂ ਤਾਂ ਨਾ ਨਾਲ ਉੱਥੇ ਸੁਸਾਇਟੀ ਸਿਨੇਮਾ ਸੀ, ਉਹ ਕਹਿੰਦੇ ਸੀ ਵੀ ਉਹਨਾਂ ਨੂੰ ਕਿਹਾ ਸੁਸਾਇਟੀ ਸਿਨੇਮਾ ਵਾਲਿਆਂ ਨੂੰ ਵੀ ਤੁਸੀਂ ਲਾ ਲਓ, ਕਹਿੰਦਾ ਮੈਂ ਨੀ ਪੰਜਾਬੀ ਦੀ ਫਿਲਮ ਲੈਣੀ। ਅੱਛਾ, ਜਦੋਂ ਇਹ ਦੀਪਕ ਦੇ ਵਿੱਚ ਇਹ ਨਹੀਂ ਚੱਲ ਗਈ, ਉਹ ਫਿਲਮ ਮੰਗੇ ਨੂੰ ਕਹਿੰਦਾ ਮੈਂ ਫਿਲਮ ਨਹੀਂ ਦਿੰਦਾ। ਕਿਉਂਕਿ ਇਹਦੇ ਵਿੱਚ ਦੇਖੋ ਇਹ ਸੰਸਾਰ ਚੰਦ ਮਹੇਸ਼ਵਰੀ ਤੇ ਰਾਮ ਮਹੇਸ਼ਵਰੀ ਭਰਾਵਾਂ ਨੇ ਬਣਾਈ ਸੀ। ਹਾਂਜੀ, ਰਾਮ ਮਹੇਸ਼ਵਰੀ ਡਾਇਰੈਕਟਰ ਸੀ ਤੇ ਸੰਸਾਰ ਚੰਦ ਉਹਨਾਂ ਦੇ ਵੱਡੇ ਭਾਈ ਪ੍ਰੋਡਿਊਸਰ ਸੀ। ਅੱਛਾ, ਜਿਹੜਾ ਸੀਨ ਆਉਂਦਾ ਨਾ ਜਦੋਂ ਇਹ ਦੇਹ ਸੇਵਾ ਬਰਬੋਏ ਇਹ ਸ਼ੁਭ ਕਰਮ ਤੇ ਕਬੂ ਨਾ ਡਰੋ, ਉਹਦੇ ਪਿੱਛੇ ਜਿਹੜੀ ਬਿਲਡਿੰਗ ਦਿਖਾਈ ਦਿੰਦੀ ਆ ਉਹ ਖਾਲਸਾ ਕਾਲਜ ਦੀ ਅੰਮ੍ਰਿਤਸਰ ਦੀ ਬਿਲਡਿੰਗ ਆ ਉਹ। ਜੀ ਹਾਂਜੀ, ਉਹ ਜੀ ਖਾਲਸਾ ਕਾਲਜ ਅੰਮ੍ਰਿਤਸਰ 1895 ਦੇ ਵਿੱਚ ਬਣਿਆ ਸੀ ਤੇ ਰਾਮ ਮਹੇਸ਼ਵਰੀ ਇਸੇ ਕਾਲਜ ਤੋਂ ਪੜ੍ਹਿਆ ਹੋਇਆ ਸੀ। ਹਾਂਜੀ, ਇਹਦੀ ਜਿਹੜੀ ਭੂਮਿਕਾ ਸ਼ੁਰੂ ਹੋਈ ਸੀ ਨਾਨਕ ਨਾਮ ਸ਼ਾਹ ਦੀ, ਉਹ ਵੀ ਅੰਮ੍ਰਿਤਸਰ ਸਾਹਿਬ ਤੋਂ ਹੋਈ ਸੀ, ਉੱਥੇ ਹੀ ਅੰਮ੍ਰਿਤਸਰ ਹੀ ਡਿਸਕਸ ਹੋਈ ਸੀ, ਉੱਥੇ ਹੀ ਸ਼ੁਰੂ ਹੋਈ ਸੀ ਫਿਲਮ। ਹਾਂਜੀ, ਅੱਛਾ ਤੁਸੀਂ ਦੇਖੋ ਵੀ ਇਹਦੇ ਵਿੱਚ ਜਿਹੜੇ ਸਟਾਰ ਸੀ ਨਾ, ਪ੍ਰਿਥਵੀ ਰਾਜ ਕਪੂਰ, ਸੁਰੇਸ਼ ਤੇ ਨਿਸ਼ੀ, ਆਈਐਸ ਜੌਹਰ ਤੇ ਆਈਐਸ ਜੌਹਰ। ਅੱਛਾ, ਜਿਹੜਾ ਤੁਸੀਂ ਗਾਣਾ ਪਹਿਲਾਂ ਲਗਾਇਆ ਸੀ ਨਾ, ਹਾੜਾ ਨਿਹਾੜਾ ਹਨੇਰ ਪੈ ਗਿਆ, ਉਹ ਸ਼ਮਸ਼ਾਦ ਬੇਗਮ ਦਾ ਗਾਇਆ ਹੋਇਆ। ਸ਼ਮਸ਼ਾਦ ਬੇਗਮ ਦਾ ਗਾਇਆ, ਅੱਛਾ ਅੱਛਾ ਠੀਕ ਹੈ। ਹਾਂਜੀ, ਬਾਕੀ ਮੁਹੰਮਦ ਰਫੀ ਸਾਹਿਬ ਦਾ ਸ਼ਬਦ ਮਿੱਤਰ ਪਿਆਰੇ ਨੂੰ ਮਿੱਤਰ ਪਿਆਰੇ ਨੂੰ ਕਹਿਣਾ, ਮੈਂ ਉਹ ਵੀ ਲੱਗਾ ਸੀ। ਮਹਿੰਦਰ ਕਪੂਰ ਸਾਹਿਬ ਦੇ ਗੀਤ ਆਸ਼ਾ ਆਸ਼ਾ ਭੌਂਸਲੇ, ਹੁਣ ਤੁਸੀਂ ਦੇਖੋ ਜੋ ਮਿੱਤਰ ਪਿਆਰੇ ਨੂੰ ਇਹ ਮੁਹੰਮਦ ਰਫੀ ਸਾਹਿਬ ਤੇ ਐਸ ਮਹਿੰਦਰ ਸੋਰੀ ਮਹਿੰਦਰ ਕਪੂਰ ਸਾਹਿਬ ਗਾ ਕੇ ਚਲੇ ਗਏ ਨਾ, ਇਹ ਮਿਊਜ਼ਿਕ ਦੇਖੋ ਇਹਨਾਂ ਨੇ ਕਿੰਨਾ ਸ਼ਾਨਦਾਰ ਦਿੱਤਾ ਐਸ ਮਹਿੰਦਰ ਨੇ। ਅੱਛਾ, ਇਹਨਾਂ ਦੀ ਨਕਲ ਕੋਈ ਵੀ ਰਾਗੀ ਢਾਡੀ ਨਹੀਂ ਕਰ ਲਾ ਸਕਦਾ, ਬਹੁਤ ਵਧੀਆ ਸੀ, ਕਿਉਂਕਿ ਦੋਨੋਂ ਹੀ ਬੜੀਆਂ ਬੁਲੰਦ ਆਵਾਜ਼ਾਂ ਸੀ, ਦੋਨੋਂ ਹੀ ਅੰਮ੍ਰਿਤਸਰੀ ਸੀ। ਦੇਖੋ ਬਿਲਕੁਲ ਬਿਲਕੁਲ ਬਿਲਕੁਲ, ਚਲੋ ਸ਼ਮਸ਼ਾਦ ਬੇਗਮ ਵੀ ਅੰਮ੍ਰਿਤਸਰ ਦੀ ਸੀ। ਅੱਛਾ ਜੀ, ਤੇ ਬੜੀ ਮਹਾਨ ਫਿਲਮ ਹੋਈ ਸੀ ਜੀ, ਕਦੇ ਨੀ ਭੁੱਲਣੀ, ਮੇਰੇ ਤਾਂ ਘਰ ਵੀ ਪਈ ਆ ਉੱਥੇ, ਪਹਿਲਾਂ ਜਾ ਕੇ ਅਸੀਂ ਆਪ ਕਾਲਜ ਦੇ ਮੁੰਡਿਆਂ ਨੇ ਦੇਖੀ, ਫਿਰ ਮੈਂ ਆਪਣੇ ਖਾਨਦਾਨ ਸਾਰੇ ਨੂੰ ਘਰਦਿਆਂ ਨੂੰ ਦਿਖਾਈ। ਪਿੰਡਾਂ ਤੋਂ ਲੋਕ ਤੁਸੀਂ ਤਾਂ ਛੋਟੇ ਹੋਵੋਗੇ, ਬਹੁਤ ਦੁਨੀਆ ਜਾਂਦੀ ਸੀ ਦੇਖਣ। ਮਿਹਰਬਾਨੀ ਜੀ ਧੀਰ ਸਾਹਿਬ, ਬਹੁਤ ਮਿਹਰਬਾਨੀ ਤੁਹਾਡੀ, ਬਹੁਤ ਵਧੀਆ ਜਾਣਕਾਰੀ ਤੁਸੀਂ ਸਾਂਝੀ ਕੀਤੀ, ਪਰ ਬ੍ਰੇਕ ਲੈਣੀ ਪਏਗੀ। ਔਰ ਅਗਰ ਨਾਨਕ ਨਾਮ ਜਹਾਜ਼ ਤੋਂ ਬਾਅਦ ਗੱਲ ਕਰੀਏ ਫਿਲਮ ਦੁੱਖ ਭੰਜਨ ਤੇਰਾ ਨਾਮ, ਤਾਂ ਉਹ ਵੀ ਮੇਰਾ ਖਿਆਲ ਨਹੀਂ ਵੀ ਕਿਸੇ ਨੇ ਨਾ ਦੇਖੀ ਹੋਵੇ। ਫਿਲਹਾਲ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਫਿਰ ਤੁਹਾਡੀਆਂ ਕਾਲਾਂ ਲਵਾਂਗੇ, ਦੇਖਦੇ ਰਹੋ ਜਸ ਪੰਜਾਬੀ। ਬ੍ਰੇਕ ਤੋਂ ਬਾਅਦ ਹਾਜ਼ਰ ਹੈ ਜੀ, ਫਟਾਫਟ ਕਾਲਾਂ ਵਾਲੇ ਪਾਸੇ ਚੱਲਦੇ ਹਾਂ, ਸਮੇਂ ਦਾ ਪਤਾ ਹੀ ਨਹੀਂ ਲੱਗਦਾ, ਫਟਾਫਟ ਭੱਜਾ ਜਾਂਦਾ। ਹੈਲੋ, ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਕੌਣ ਬੋਲਦੇ? ਤੁਹਾਡੀ ਅੱਜ ਪਿਕਚਰ ਦੀ ਗੱਲ ਯਾਦ ਆਈ ਹੈ, ਅਸੀਂ ਛੋਟੇ ਛੋਟੇ ਸੀ ਜਦੋਂ ਇਹ ਪਿਕਚਰ ਦੇਖੀ ਸੀ, ਨਾਨਕ ਨਾਮ ਜਹਾਜ਼ ਹੈ। ਹਾਂਜੀ, ਤੇ ਅਸੀਂ ਸਾਡੇ ਵੀ ਸਿਰ ਢੱਕ ਕੇ ਲੈ ਕੇ ਗਏ ਸੀ, ਸਾਡੇ ਦਾਦੀ ਬੜੇ ਮਤਲਬ ਅਦਬ ਦੇ ਨਾਲ, ਤੇ ਸਾਡੇ ਲਾਗੇ ਇੱਕ ਪਿੰਡ ਸੀਗਾ, ਉੱਥੇ ਧਰਮਿੰਦਰ ਦੇ ਸਹੁਰੇ ਆ ਸਨੀ ਦਿਓਲ ਦੇ ਨਾਨਕੇ, ਉਹਨਾਂ ਦੇ ਪਿੰਡ ਚ ਇੱਕ ਭੂਆ ਹੁੰਦੀ ਸੀ, ਸ਼ਾਇਦ ਉਹ ਵਿਦੋ ਸੀ ਜਾਂ ਕਿਸ ਤਰ੍ਹਾਂ ਸੀ, ਉਸ ਪਿੰਡ ਵਿੱਚ ਰਹਿੰਦੇ ਹੁੰਦੇ ਸੀ। ਉਹਨਾਂ ਨੇ ਇੱਕ ਟਰਾਲੀ ਲਈ, ਟਰਾਲੀ ਦੇ ਸਭ ਦੇ ਉੱਤੇ ਕੇਸਰੀ ਪਟਕੇ ਤੇ ਚੁੰਨੀਆਂ ਦਵਾਈਆਂ, ਪੈਰੋਂ ਨੰਗੀ ਲੈ ਕੇ ਗਏ, ਪੰਜ ਇਸ਼ਨਾਨਾ ਉੱਥੇ ਜਾ ਕੇ ਕਰਵਾਇਆ, ਮੋਤੀ ਬਾਜ਼ਾਰ ਦੇ ਵਿੱਚ ਮਲੇਰਕੋਟਲੇ ਲੱਗੀ ਸੀ ਸਤਕਾਰ, ਤੇ ਉਹ ਸਾਰੇ ਪਿੰਡਾਂ ਦੇ ਵਿੱਚ ਗੱਲ ਹੋ ਗਈ ਸੀ ਕਿ ਬੜੇ ਅਦਬ ਦੇ ਨਾਲ ਭੂਆ ਜੀ ਪਿੰਡੋਂ ਟਰਾਲੀ ਲੈ ਕੇ ਗਏ, ਪਿੰਡ ਬੰਭੌਰਾ ਸੀ ਮਲੇਰਕੋਟਲੇ ਦੇ ਨੇੜੇ, ਬੰਭੌਰਾ ਹਾਂਜੀ ਹਾਂਜੀ। ਹਾਂਜੀ, ਤੇ ਉੱਥੋਂ ਸਾਰਾ ਪਿੰਡ ਜਦੋਂ ਪਿਕਚਰ ਵੇਖਣ ਗਿਆ ਤੇ ਸਾਰੇ ਪਿੰਡ ਦੇ ਉਹ ਉੱਤੇ ਸਿਰ ਢੱਕੇ ਹੋਏ, ਪੰਜ ਇਸ਼ਨਾਨਾ ਕਰਕੇ ਜੁੱਤੀਆਂ ਲਾ ਕੇ ਲੈ ਕੇ ਗਏ ਸੀ, ਬੜੀ ਅਦਬ ਦੇ ਨਾਲ। ਫਿਲਮ ਵੈਸੇ ਬਹੁਤ ਵਧੀਆ ਸੀ, ਬਹੁਤ ਸਿੱਖਿਆਦਾਇਕ ਫਿਲਮ ਸੀਗੀ, ਅਗਰ ਸਾਰੀ ਦੇਖੀਏ ਤੇ ਬਹੁਤ। ਇਹ ਨਵੀਂ ਦੁਬਾਰਾ ਮੇਰੇ ਖਿਆਲ ਇਹ ਦੁਬਾਰਾ ਵੀ ਇਹਨੂੰ ਕਰ ਰਹੇ ਨੇ ਜੀ, ਇਸੇ ਫਿਲਮ ਨੂੰ ਦੁਬਾਰਾ ਥੀਏਟਰ 'ਚ ਲਿਆ ਰਹੇ ਨੇ, ਇਸੇ ਸੇਮ ਫਿਲਮ ਨੂੰ। ਚਲੋ ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਬਹੁਤ ਬਹੁਤ ਚੰਗਾ ਕੀਤਾ ਜੀ, ਯਾਦਾਂ ਤਾਜ਼ਾ ਕੀਤੀਆਂ ਨੇ, ਬਹੁਤ ਮਿਹਰਬਾਨੀ ਤੁਹਾਡੀ। ਹੈਲੋ, ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰਦਾਰ ਜਗਤਾਰ ਸਿੰਘ ਜੱਗੀ ਜੀ, ਮੈਂ ਗੁਰਦੀਪ ਸਿੰਘ ਸੰਦਰ ਜੀ। ਸੰਦਰ ਸਾਹਿਬ ਸਵਾਗਤ। ਹਾਂਜੀ, ਇੱਕ ਵਾਰੀ ਨਾ ਇੱਕ ਅਕਬਰ ਤੇ ਬੀਰਬਲ ਜੀ ਇਹ ਦੋਨੋਂ ਸ਼ਿਕਾਰ ਕਰਨ ਲਈ ਨਿਕਲੇ ਤੇ ਨਾਲ ਥੋੜੇ ਬਹੁਤ ਸਪਾਈ ਸਪੂਈ ਵੀ ਲੈ ਲੈ। ਜਦੋਂ ਜੰਗਲ ਦੇ ਲਾਗੇ ਪਹੁੰਚੇ ਤਾਂ ਅਕਬਰ ਨੇ ਜਿਹੜੇ ਕੁਰਬਾਨ ਕੱਢੀ ਨਾ ਤੇ ਉਹਦੇ ਅੰਗੂਠਾ ਛੱਲਿਆ ਗਿਆ। ਓ ਅੱਛਾ। ਹਾਂਜੀ, ਤੇ ਬੀਰਬਲ ਨੇ ਕਿਹਾ ਜੋ ਹੁੰਦਾ ਮਹਾਰਾਜ ਅੱਛੇ ਲਈ ਹੁੰਦਾ। ਉਹ ਕਹਿੰਦਾ ਲੈ ਮੇਰਾ ਅੰਗੂਠਾ ਕੱਟਿਆ ਗਿਆ, ਤੂੰ ਕਹਿੰਦਾ ਜੋ ਹੁੰਦਾ ਅੱਛੇ ਲਈ ਹੁੰਦਾ, ਕਹਿੰਦਾ ਇਹਨੂੰ ਨਾ ਸਪਾਈ ਉਹ ਫੜ ਲਓ, ਇਹ ਤੂੰ ਮੇਰਾ ਦੋਸਤ ਆ ਜਾਂ ਤੂੰ ਮੇਰਾ ਦੁਸ਼ਮਣ ਆ, ਤੂੰ ਮੇਰਾ ਸਾਥ ਦਿੰਦਾ ਹਮੇਸ਼ਾ ਤੇ
ਅੱਜ ਤੂੰ ਏਦਾਂ ਕਹਿਣ ਲਿਆ, ਕਹਿੰਦੇ ਇਹਨਾਂ ਨੇ ਸਾਰੀ ਰਾਤ ਬੰਨ ਕੇ ਉਲਟਾ ਬੰਨ ਕੇ ਰੱਖਣਾ ਦਰਖਤਾਂ ਨਾ ਲਟਕਾ ਤੇ ਸਵੇਰੇ ਇਹਨੂੰ ਸੂਰਜ ਨਿਕਲਣੇ ਤੋਂ ਪਹਿਲਾਂ ਫਾਂਸੀ ਦੇ ਦਿਆ, ਤੇ ਉਹ ਆਪ ਹੀ ਅਕਬਰ ਸਾਹਿਬ ਆਪ ਹੀ ਚਲੇ ਗਏ ਸ਼ਿਕਾਰ ਖੇਡਣ, ਤੇ ਉਹ ਜਿਹੜਾ ਅੰਗੂਠਾ ਮਾੜਾ ਮੋਟਾ ਉਦੋਂ ਲੀਰਾਂ ਲੂਰਾਂ ਜਾਂ ਪੱਟੀ ਨਾਲ ਬੰਨਿਆ ਹੋਊਗਾ ਉਹ ਕਿਤੇ ਉਹਨਾਂ ਨੂੰ ਨਾ ਉੱਥੇ ਜਿਹੜੇ ਨਾਗੇ ਸੀਗੇ ਆਦਿਵਾਸੀ ਆਦਿਵਾਸੀ ਨੇ ਫਾੜਿਆ, ਉਹ ਫੜ ਕੇ ਲੈ ਗਏ ਆਪਣੇ ਡਾਂਸ ਵਿੱਚ ਲੈ ਗਏ, ਉੱਥੇ ਹੂ ਹਾ ਹੋਣ ਲੱਗ ਗਈ, ਉਹਨੂੰ ਕਿਹਾ ਤੂੰ ਹੀ ਡਾਂਸ ਕਰ, ਉਹ ਡਾਂਸ ਕਰਦੇ ਕਰਦੇ ਪੱਟੀ ਕਿਤੇ ਖੁੱਲ ਗਈ ਰਾਜੇ ਸਾਹਿਬ ਦੀ, ਤੇ ਉਹ ਜਿਹੜੇ ਪੱਟੀ ਖੁੱਲ ਗਈ ਤੇ ਇੱਕ ਬੰਦੇ ਨੋਟਿਸ ਚ ਆ ਗਿਆ ਵੀ ਇਹਦਾ ਅੰਗੂਠਾ ਤਾਂ ਪਹਿਲਾਂ ਕੱਟਿਆ, ਕਹਿੰਦੇ ਨਹੀਂ ਨਹੀਂ ਇਹਨੂੰ ਛੱਡ ਦੋ ਛੱਡ ਦੋ ਉਹਦੀ ਬਲੀ ਦੇਣੀ ਸੀ, ਹਾਂਜੀ ਹਾਂ, ਤੇ ਇਹਨੂੰ 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 ਬਖਸ਼ ਦਿਓ, ਇਹਨੂੰ ਛੱਡ ਦਿੱਤਾ, ਜਲੇ ਉਹ ਉੱਥੇ ਆਇਆ ਦੁਬਾਰਾ ਵਾਪਸ ਦੌੜਾ ਦੌੜਾ ਵੀ ਕਿਤੇ ਉਹਨੇ ਉਹਨੇ ਜੋ ਕਿਹਾ ਸੀ ਵੀ ਜੋ ਹੁੰਦਾ ਛੇਲੇ ਹੁੰਦਾ, ਤੇ ਜੇ ਅੱਜ ਇਹ ਅੰਗੂਠਾ ਨਾ ਕੱਟਿਆ ਹੁੰਦਾ ਤਾਂ ਮੈਨੂੰ ਉਹਨੇ ਬਲੀ ਮੇਰੀ ਚੜ੍ਹ ਦੇਣੀ ਸੀ, ਜੀ ਜੀ ਚਲੋ, ਤੇ ਉਹਨੇ ਆ ਕੇ ਕਿਹਾ ਵੀ ਇਹਨੂੰ ਬਚਾਓ 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 ਇਹਨੂੰ ਰੋਕੋ, ਉਹਨੇ ਇਹਨੂੰ ਰੋਕ ਲਿਆ, ਤੇ ਉਹ ਏਦਾਂ ਕੰਬਦਾ ਸੀ ਬੀਰਬਲ, ਤੇ ਉਹਨੇ ਕਿਹਾ ਵੀ ਬੀਰਬਲ ਚੰਗਾ ਹੋਇਆ ਤੂੰ ਬਚ ਗਿਆ, ਤੇ ਮੈਂ ਤੇਰੀ ਵਜ੍ਹਾ ਨਾਲ ਮੈਂ ਬੱਚਿਆ, ਤੂੰ ਜੋ ਕਿਹਾ ਸੀ ਨਾ ਸਭ ਹੁੰਦਾ ਅੱਛੇ ਲਈ ਹੁੰਦਾ, ਇਸ ਕਰਕੇ ਮੈਂ ਬਚ ਗਿਆ, ਜੇ ਮੇਰਾ ਅੰਗੂਠਾ ਨਾ ਛੱਲਿਆ ਹੁੰਦਾ ਤੇ ਮੈਨੂੰ ਉਹਨੀ ਬਲੀ ਚੜ੍ਹਦਣੀ ਸੀ ਮੇਰੀ, ਜੀ ਜੀ ਮਿਹਰਬਾਨੀ, ਮਹਾਰਾਜ ਉਹ ਵੀ ਹੁੰਦਾ ਅੱਛੇ ਲਈ ਹੁੰਦਾ, ਉਹ ਕਹਿੰਦਾ ਕਿ ਅੱਛੇ ਲਈ ਹੁੰਦਾ ਤੂੰ ਅਜੇ ਫਿਰ ਇਹੀ ਲਫ਼ਜ਼ ਕਹਿ ਰਿਹਾ, ਕਹਿੰਦਾ ਮਹਾਰਾਜ ਜੇ ਮੈਂ ਤੁਹਾਡੇ ਨਾਲ ਚੱਲ ਜਾਂਦਾ ਮੇਰੀ ਉਹਨੀ ਬਲੀ ਦੇ, ਤੋ ਇਹ ਜਿਹੜਾ ਕਰੋਨਾ ਵਾਇਰਸ ਕਰਕੇ ਮੈਂ ਬੋਲਿਆ ਕਿ ਜੋ ਹੁੰਦਾ ਉਹ ਜਿਹੜੇ ਚਮਗਿੱਦੜ ਜਾਂ ਸਾਂਭ ਚਿੜਕਾਂ ਖਾਂਦੇ ਸੀ ਉਹਨਾਂ ਨੂੰ ਵੀ ਥੋੜੀ ਬਹੁਤ ਅਕਲ ਆਉਣੀ ਚਾਹੀਦੀ ਆ ਵੀ ਇਹੋ ਜਿਹੇ ਜਾਨਵਰ ਜ਼ਹਿਰ ਨਾ ਖਾਈਏ ਜਿਹਨਾਂ ਨਾਲ ਏਦਾਂ ਦੀਆਂ ਬਿਮਾਰੀਆਂ ਫੈਲਦੀਆਂ, ਮਿਹਰਬਾਨੀ ਜੀ, ਉਹਨਾਂ ਨੂੰ ਥੋੜੀ ਹੁਣ ਆਪਣੇ ਪੰਜਾਬ ਚ ਹੀ ਪਾਣੀ ਮੁੱਕ ਗਿਆ, ਜ਼ਹਿਰ ਬਣ ਗਿਆ, ਹਵਾ ਜ਼ਹਿਰ ਬਣ ਗਈ, ਜੀ ਥੈਂਕ ਯੂ ਸੰਦਰ ਸਾਹਿਬ, ਕਦੇ ਹੀ ਆਉਂਦੀ ਆ ਜਦੋਂ ਉਹਨੇ ਮਰਨਾ ਸ਼ੁਰੂ ਹੋਣਾ, ਜੀ 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 ਥੈਂਕ ਯੂ, ਗਲਤੀਆਂ ਆਪ ਭੁਗਤਣੀਆਂ ਪੈਣੀਆਂ, ਥੈਂਕ ਯੂ ਜੀ, ਥੈਂਕ ਯੂ, ਬਹੁਤ ਮਿਹਰਬਾਨੀ, ਔਰ ਗੱਲਬਾਤ ਮੈਂ ਕਰਨੀ ਚਾਹੁੰਦਾ ਸੀ ਇਹਨੂੰ ਅੱਗੇ, ਪਰ ਹੁਣ ਸਮਾਂ ਜਿਹੜਾ ਇੱਕ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਕਾਲਾਂ ਵਾਸਤੇ ਸਮਾਂ ਬਚੂਗਾ, ਦੇਖਦੇ ਰਹੋ ਜਸ ਪੰਜਾਬੀ, ਮਿਲਦੇ ਆ ਬ੍ਰੇਕ ਤੋਂ ਬਾਅਦ। ਜੀ ਪ੍ਰੋਗਰਾਮ ਦਾ ਸਮਾਂ ਖਤਮ ਹੈ, ਜਿਵੇਂ ਮੈਂ ਪਹਿਲਾਂ ਦੱਸ ਚੁੱਕਾ ਵਾਂ, ਹੋਰ ਗੱਲਬਾਤ ਨਹੀਂ ਹੋਣੀ, ਕਾਲਾਂ ਹੋਰ ਨਹੀਂ ਲੈ ਹੋਣੀਆਂ, ਉਹ ਆਪਾਂ ਹੁਣ ਕੱਲ੍ਹ ਨੂੰ ਲਵਾਂਗੇ ਕਾਲਾਂ ਤੁਹਾਡੀਆਂ। ਮੈਂ ਜਾਣ ਤੋਂ ਪਹਿਲਾਂ ਫਿਰ ਇੱਕ ਵਾਰ ਬੇਨਤੀ ਜ਼ਰੂਰ ਕਰਨੀ ਚਾਹੁੰਦਾ ਸਭ ਨੂੰ ਕਿ ਧਿਆਨ ਰੱਖਣ ਦੀ ਜ਼ਰੂਰਤ ਹੈਗੀ ਆ, ਕਿਤੇ ਵੀ ਤੁਸੀਂ ਬਾਹਰ ਅੰਦਰ ਜਾਂਦੇ ਹੋ ਤਾਂ ਕੋਸ਼ਿਸ਼ ਕਰੋ ਕਿ ਤੁਹਾਡੇ ਮੂੰਹ ਨੂੰ ਹੱਥ ਨਾ ਲੱਗੇ, ਤੁਹਾਡੇ ਨੱਕ ਕੋਲ ਹੱਥ ਨਾ ਜਾਵੇ, ਜੇ ਕੋਈ ਮਤਲਬ ਹੁੰਦਾ ਵੀ ਹੈ ਖਾਰਸ਼ ਵਗੈਰਾ ਤਾਂ ਇਹਦੇ ਅੰਦਰਲੇ ਹਿੱਸੇ ਨਾਲ ਤੁਸੀਂ ਆਪਣੇ ਕੋਟ ਦੇ ਜੈਕਟ ਦੇ ਅੰਦਰਲੇ ਹਿੱਸੇ ਨਾਲ ਜ਼ਰੂਰ ਉਹਨੂੰ ਕਰ ਸਕਦੇ ਹੋ, ਪਰ ਹੱਥ ਉੱਨੀ ਦੇਰ ਮੂੰਹ ਨੂੰ ਜਾਂ ਨੱਕ ਨੂੰ ਨਾ ਲਾਓ ਜਿੰਨੀ ਦੇਰ ਉਹਨੂੰ ਚੰਗੀ ਤਰ੍ਹਾਂ ਧੋ ਨਹੀਂ ਲੈਂਦੇ। ਬਾਕੀ ਪਰਮਾਤਮਾ ਭਲੀ ਕਰੇਗਾ, ਪਰਮਾਤਮਾ ਆਉਣ ਵਾਲਾ ਸਮਾਂ ਚੰਗਾ ਹੀ ਲਿਆਏਗਾ, ਇਹ ਚੰਗੇ ਮਾੜੇ ਸਮੇਂ ਜਿਹੜੇ ਸਾਡੇ 'ਤੇ ਆਉਂਦੇ ਨੇ ਇਹ ਵੀ ਸਾਨੂੰ ਬੜਾ ਕੁਝ ਸਿਖਾ ਕੇ ਜਾਂਦੇ ਨੇ, ਬੇਸ਼ੱਕ ਬਹੁਤ ਜ਼ਿਆਦਾ ਨੁਕਸਾਨ ਵੀ ਕਰ ਦਿੰਦੇ ਨੇ। ਜੇ ਅਸੀਂ ਗੱਲ ਕਰੀਏ ਵੀ ਜੋ ਰੱਬ ਕਰਦਾ ਚੰਗਾ ਕਰਦਾ, ਅਤੇ ਹੁਣ ਜੇ ਕਿਸੇ ਦੇ ਘਰ ਕੋਈ 19-21 ਹੋ ਗਈ ਵਿਚਾਰੇ, ਕਿਸੇ ਜਵਾਨ ਬੱਚੇ ਦੀ ਡੈਥ ਹੋ ਗਈ, ਤਾਂ ਜੇ ਉਹਨਾਂ ਕੋਲ ਇਹ ਗੱਲ ਕਹਾਂਗੇ ਤਾਂ ਅੱਗੇ ਸਵਾਲ ਜ਼ਰੂਰ ਕਰਨਗੇ ਵੀ ਇਹਦੇ 'ਚ ਚੰਗੇ ਵਾਲੀ ਕਿਹੜੀ ਗੱਲ ਹੈ। ਸੋ ਮਤਲਬ ਇਹ ਕਹਿ ਸਕਦੇ ਆਪਾਂ ਦਿਲ ਦੀ ਤਸੱਲੀ ਵਾਸਤੇ, ਮਨ ਨੂੰ ਸ਼ਾਂਤ ਰੱਖਣ ਵਾਸਤੇ, ਵੀ ਅਗਰ ਸਾਰਾ ਕੁਝ ਸਾਡੀ ਮਰਜ਼ੀ ਦੇ ਨਾਲ ਹੋ ਰਿਹਾ ਤਾਂ ਮਤਲਬ ਵਧੀਆ ਹੋ ਰਿਹਾ, ਜੇ ਕੁਝ ਸਾਡੀ ਮਰਜ਼ੀ ਦੇ ਨਾਲ ਨਹੀਂ ਹੋ ਰਿਹਾ ਇਹਦਾ ਮਤਲਬ ਉਹ ਹੋਰ ਵੀ ਵਧੀਆ ਹੋ ਰਿਹਾ, ਕਿਉਂਕਿ ਉਹ ਪਰਮਾਤਮਾ ਦੀ ਮਰਜ਼ੀ ਦੇ ਨਾਲ ਹੋ ਰਿਹਾ, ਅਤੇ ਸਾਡੀ ਮਰਜ਼ੀ ਜਿਹੜੀ ਹੈ ਪਰਮਾਤਮਾ ਦੀ ਮਰਜ਼ੀ ਤੋਂ ਵੱਡੀ ਨਹੀਂ ਹੋ ਸਕਦੀ। ਈਮੇਲ ਕਰ ਸਕਦੇ ਹੋ ਕਿਸੇ ਗੱਲਬਾਤ ਵਾਸਤੇ, ਜਾਣਕਾਰੀ ਲੈਣੀ ਚਾਹੁੰਦੇ ਹੋ ਜਾਂ ਦੇਣੀ ਚਾਹੁੰਦੇ ਹੋ, jaggi@jasbroadcasting.com ਜਾਂ ਫਿਰ info@jasbroadcasting.com। ਇਸ ਤੋਂ ਇਲਾਵਾ ਫੇਸਬੁੱਕ, ਟਵਿੱਟਰ ਹੈ, ਮੇਰਾ ਸੈੱਲ ਨੰਬਰ ਤੁਹਾਡੇ ਕੋਲ ਹੈ 209-450-3362। ਇਹਦੇ 'ਤੇ ਵੀ ਕਦੇ ਵੀ ਕਾਲ ਕਰਕੇ ਕੋਈ ਗੱਲਬਾਤ ਕਰਨੀ ਚਾਹੋ ਤਾਂ ਕਰ ਸਕਦੇ ਹੋ। ਅਖੀਰ ਦੇ ਵਿੱਚ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖੁਸ਼ ਰਹੋ, ਖੁਸ਼ ਰੱਖੋ, ਰੱਬ ਰੱਖਾ, ਜੀਵੇ ਪੰਜਾਬ, ਜੀਵੇ ਪੰਜਾਬੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ।